ਬਾਜੀ ਹੋਰ ਘਰ ਪਰਿਵਾਰ ਠੀਕ ਹੈ ਜੀ ਸਾਰੇ? ਹਾਂਜੀ ਹਾਂਜੀ ਚੜ੍ਹਦੀ ਕਲਾ। ਬਾਬਾ ਜੀ ਮੈਂ ਕੈਨੇਡਾ ਤੋਂ ਬੋਲਦਾ ਜੀ ਬਰਾੜ। ਹਾਂਜੀ ਬਾਬਾ ਜੀ ਇੱਕ ਬੇਨਤੀ ਸੀ, ਬੇਨਤੀ ਇਹ ਸੀ ਜਿੱਦੇ ਤੁਸੀਂ ਪ੍ਰੋਡਿਊਸਰ ਨਹੀਂ ਸੀ ਕੁੱਟਿਆ, ਹਾਂਜੀ ਉਸ ਤੋਂ ਬਾਅਦ ਨਾ ਦੋ ਬੰਦਿਆਂ ਨੇ ਤੁਹਾਡੇ ਤੋਂ ਮਾਫੀ ਮੰਗੀ ਸੀ, ਇੱਕ ਜੱਟ ਬੀਟ ਰਿਕਾਰਡ ਵਾਲਾ ਤੇ ਇੱਕ ਹੈਗੇ ਸੀ ਤੋਂ ਬੋਲਦਾ ਜੀ ਬਰਾੜ। ਹਾਂਜੀ ਬਾਬਾ ਜੀ ਇੱਕ ਬੇਨਤੀ ਸੀ, ਬੇਨਤੀ ਇਹ ਸੀ ਜਿੱਦੇ ਤੁਸੀਂ ਪ੍ਰੋਡਿਊਸਰ ਨਹੀਂ ਸੀ ਕੁੱਟਿਆ, ਹਾਂਜੀ ਉਸ ਤੋਂ ਬਾਅਦ ਨਾ ਦੋ ਬੰਦਿਆਂ ਨੇ ਤੁਹਾਡੇ ਤੋਂ ਮਾਫੀ ਮੰਗੀ ਸੀ, ਇੱਕ ਜੱਟ ਬੀਟ ਰਿਕਾਰਡ ਵਾਲਾ ਤੇ ਇੱਕ ਹੈਗੇ ਸੀ BS ਬੋਇਜ਼ ਵਾਲੇ, ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਕੀ ਗੱਲ ਨਿਬੜੀ? ਉਹ ਤਾਂ ਬਿਲਕੁਲ ਉਦੋਂ ਵੀ ਖੁੱਲ ਕੇ ਉਦੋਂ ਵੀ ਜ਼ਿਆਦਾ ਗੰਦ ਪਾਉਣ ਲੱਗੇ ਜੀ। ਨਹੀਂ ਬਾਈ ਮੈਂ ਨਾ ਮੁੜ ਕੇ ਨਾ ਇਧਰ ਨੂੰ ਹੋਇਆ ਨਹੀਂ ਗਿਆਗਾ ਆਪਣਾ, ਕਿਉਂਕਿ ਮੁੜ ਕੇ ਅਸੀਂ ਜਿਹੜਾ ਇਹ ਸੀਗਾ ਇਧਰੋਂ ਰਾਜਸਥਾਨ ਉੱਠ ਗਏ, ਰਾਜਸਥਾਨ ਤੋਂ ਬਾਅਦ ਦਰਬਾਰ ਸਾਹਿਬ ਉੱਠ ਗਏ, ਉਸ ਤੋਂ ਫਿਰ ਅਨੰਦਪੁਰ ਸਾਹਿਬ ਵਾਲਾ ਮਸਲਾ ਵੱਧ ਗਿਆ ਨਾ, ਤੇ ਫਿਰ ਗੱਡੀਆਂ ਗੁੱਡੀਆਂ ਕੋਈ ਸਾਧਨ ਨਹੀਂ ਸੀਗਾ ਕੋਲੇ ਆਪਣੇ, ਅਸੀਂ ਤਾਂ ਕਦੇ ਕਿਸੇ ਦੀ ਗੱਡੀ ਆਉਂਦੀ ਕਦੇ ਕਿਸੇ ਦੀ, ਸਾਡੀ ਕੱਲ ਹੀ ਜਵਾਨ ਤੋਂ ਹੀ ਦੋਵਾਂ ਗੱਡੀਆਂ ਦੀ ਨੋਟ ਤਾਂ ਅਸੀਂ ਕਰ ਲਿਆ ਸੀ ਸਾਰਾ ਕੁਛ ਜੀ। ਓਕੇ ਕਰਨੀ ਤੁਰ ਪਏ ਹਨਾ, ਪ੍ਰੋਡਿਊਸਰ ਸਾਡਾ ਕੋਈ ਸਕਾ ਨੀ ਲੱਗਦਾ, ਖਾਚੀ ਉਹ ਆ ਖਾਚੀ ਇਹ ਨੇ ਗੇ, ਠੀਕ ਹੈ ਜੀ ਸਾਰੇ ਇੱਕੋ ਜਿਹੇ। ਹਾਂ ਨਹੀਂ ਨਹੀਂ ਗੱਲ ਇਹ ਨੀ, ਫਿਰ ਜਦੋਂ ਜਦੋਂ ਆਪਾਂ ਕਰਨੀ ਤੁਰ ਪਏ ਫਿਰ ਦਰੈਤ ਕਿਉਂ ਰੱਖਣੀ ਆ ਹਨਾ, ਠੀਕ ਹੈ ਨਾ, ਕਿਉਂਕਿ ਇਹਦੇ ਮੈਂ ਤੁਹਾਨੂੰ ਦੱਸਦਾ ਬਈ ਹਰੇਕ ਬੰਦੇ ਨੂੰ ਚਾਹੇ ਚੰਗਾ ਚਾਹੇ ਮਾੜਾ ਉਹਦੇ ਨਾਲ ਗੱਲ ਕਰਨ ਵਾਸਤੇ ਨੂੰ ਮਿਲਣ ਵਾਸਤੇ ਆਪਾਂ ਨੂੰ ਸਾਧਨ ਤਾਂ ਚਾਹੀਦਾ ਹੀ ਆ। ਬਿਲਕੁਲ ਬਿਲਕੁਲ ਸਾਧਨ ਤੁਸੀਂ ਸਾਧਨ ਤੁਸੀਂ ਸਾਧਨ ਤੁਸੀਂ ਮੈਂ ਗੱਲ ਕਰਨਗੇ ਜਾਂ ਆਪਾਂ ਕੋਈ ਬੰਦਾ ਭੇਜ ਕੇ ਟਾਈਮ ਚੱਕ ਲਗੇ ਇਹਨਾਂ ਦਾ ਬਈ ਜਾਣ ਚੋਕੇ ਹੈ ਨਹੀਂ ਗੇ, ਪਰ ਹੁਣ ਜਾਵਾਂਗੇ। ਹਾਂ ਸਾਧਨ 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 ਤੁਸੀਂ ਮੈਨੂੰ ਦੱਸੋ, ਸਾਧਨਾਂ ਦੀ ਪ੍ਰੋਵਾਈਡ ਮੈਂ ਕਰਾ ਦਿੰਦਾ, ਕਿਉਂਕਿ ਮੈਂ ਤੁਹਾਨੂੰ ਮੇਰੀ ਗੱਲ ਹੋਈ ਸੀ ਪਾਲ ਨਾਲ, ਮੈਂ ਮੇਰਾ ਨਾਮ ਗੱਲ ਕੀਤੀ ਤਾਂ ਫਿਰ ਅਸੀਂ ਕਰ ਦਿੰਦੇ ਹਾਂਗੇ। ਨਾ ਨਾ ਉਹ ਤਾਂ ਟਾਈਮ ਦੀ ਤਾਂ ਚੱਕਰ ਹੀ ਨਹੀਂ ਸੀ, ਬਸ ਇਹੀ ਆ ਬਈ ਵੀ ਗੱਡੀ ਗੁੱਡੀ ਹੈ ਨਹੀਂ ਸੀ ਕੋਈ, ਤੇ ਗੱਡੀ ਹੁਕਮ ਕਰੋ ਬਾਈ। ਹੋਰ ਘਰ ਪਰਿਵਾਰ ਠੀਕ ਹੈ ਜੀ ਸਾਰੇ? ਹਾਂਜੀ ਹਾਂਜੀ ਚੜ੍ਹਦੀ। ਬਾਬਾ ਜੀ ਮੈਂ ਕੈਨੇਡਾ ਤੋਂ ਬੋਲਦਾ ਜੀ ਬਰਾੜ। ਹਾਂਜੀ ਬਾਬਾ ਜੀ ਇੱਕ ਬੇਨਤੀ ਸੀ, ਬੇਨਤੀ ਇਹ ਸੀ ਜਿੱਦੇ ਤੁਸੀਂ ਪ੍ਰੋਡਿਊਸਰ ਨਹੀਂ ਸੀ ਕੁੱਟਿਆ, ਹਾਂਜੀ ਉਸ ਤੋਂ ਬਾਅਦ ਨਾ ਦੋ ਬੰਦਿਆਂ ਨੇ ਤੁਹਾਡੇ ਤੋਂ ਮਾਫੀ ਮੰਗੀ ਸੀ, ਇੱਕ ਜੱਟ ਬੀਟ ਰਿਕਾਰਡ ਵਾਲਾ ਤੇ ਇੱਕ ਹੈਗੇ ਸੀ ਬੀ ਤੋਂ ਬੋਲਦਾ ਜੀ ਬਰਾੜ। ਹਾਂਜੀ ਬਾਬਾ ਜੀ ਇੱਕ ਬੇਨਤੀ ਸੀ, ਬੇਨਤੀ ਇਹ ਸੀ ਜਿੱਦੇ ਤੁਸੀਂ ਪ੍ਰੋਡਿਊਸਰ ਨਹੀਂ ਸੀ ਕੁੱਟਿਆ, ਹਾਂਜੀ ਉਸ ਤੋਂ ਬਾਅਦ ਨਾ ਦੋ ਬੰਦਿਆਂ ਨੇ ਤੁਹਾਡੇ ਤੋਂ ਮਾਫੀ ਮੰਗੀ ਸੀ, ਇੱਕ ਜੱਟ ਬੀਟ ਰਿਕਾਰਡ ਵਾਲਾ ਤੇ ਇੱਕ ਹੈਗੇ ਸੀ BS ਬੋਇਜ਼ ਵਾਲੇ, ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਕੀ ਗੱਲ ਨਿਬੜੀ? ਉਹ ਤਾਂ ਬਿਲਕੁਲ ਉਦੋਂ ਵੀ ਖੁੱਲ ਕੇ ਉਦੋਂ ਵੀ ਜ਼ਿਆਦਾ ਗੰਦ ਪਾਉਣ ਲੱਗੇ ਜੀ। ਨਹੀਂ ਬਾਈ ਮੈਂ ਨਾ ਮੁੜ ਕੇ ਨਾ ਇਧਰ ਨੂੰ ਹੋਇਆ ਨਹੀਂ ਗਿਆਗਾ ਆਪਣਾ, ਕਿਉਂਕਿ ਮੁੜ ਕੇ ਅਸੀਂ ਜਿਹੜਾ ਇਹ ਸੀਗਾ ਇਧਰੋਂ ਰਾਜਸਥਾਨ ਉੱਠ ਗਏ, ਰਾਜਸਥਾਨ ਤੋਂ ਬਾਅਦ ਦਰਬਾਰ ਸਾਹਿਬ ਉੱਠ ਗਏ, ਉਸ ਤੋਂ ਫਿਰ ਅਨੰਦਪੁਰ ਸਾਹਿਬ ਵਾਲਾ ਮਸਲਾ ਵੱਧ ਗਿਆ ਨਾ, ਤੇ ਫਿਰ ਗੱਡੀਆਂ ਗੁੱਡੀਆਂ ਕੋਈ ਸਾਧਨ ਨਹੀਂ ਸੀਗਾ ਕੋਲੇ ਆਪਣੇ, ਅਸੀਂ ਤਾਂ ਕਦੇ ਕਿਸੇ ਦੀ ਗੱਡੀ ਆਉਂਦੀ ਕਦੇ ਕਿਸੇ ਦੀ, ਸਾਡੀ ਕੱਲ ਹੀ ਜਵਾਨ ਤੋਂ ਹੀ ਦੋਵਾਂ ਗੱਡੀਆਂ ਦੀ ਨੋਟ ਤਾਂ ਅਸੀਂ ਕਰ ਲਿਆ ਸੀ ਸਾਰਾ ਕੁਛ ਜੀ। ਓਕੇ ਕਰਨੀ ਤੁਰ ਪਏ ਹਨਾ, ਪ੍ਰੋਡਿਊਸਰ ਸਾਡਾ ਕੋਈ ਸਕਾ ਨੀ ਲੱਗਦਾ, ਖਾਚੀ ਉਹ ਆ ਖਾਚੀ ਇਹ ਨੇ ਗੇ, ਠੀਕ ਹੈ ਜੀ ਸਾਰੇ ਇੱਕੋ ਜਿਹੇ। ਹਾਂ ਨਹੀਂ ਨਹੀਂ ਗੱਲ ਇਹ ਨੀ, ਫਿਰ ਜਦੋਂ ਜਦੋਂ ਆਪਾਂ ਕਰਨੀ ਤੁਰ ਪਏ ਫਿਰ ਦਰੈਤ ਕਿਉਂ ਰੱਖਣੀ ਆ ਹਨਾ, ਠੀਕ ਹੈ ਨਾ, ਕਿਉਂਕਿ ਇਹਦੇ ਮੈਂ ਤੁਹਾਨੂੰ ਦੱਸਦਾ ਬਈ ਹਰੇਕ ਬੰਦੇ ਨੂੰ ਚਾਹੇ ਚੰਗਾ ਚਾਹੇ ਮਾੜਾ ਉਹਦੇ ਨਾਲ ਗੱਲ ਕਰਨ ਵਾਸਤੇ ਨੂੰ ਮਿਲਣ ਵਾਸਤੇ ਆਪਾਂ ਨੂੰ ਸਾਧਨ ਤਾਂ ਚਾਹੀਦਾ ਹੀ ਆ। ਬਿਲਕੁਲ ਬਿਲਕੁਲ ਸਾਧਨ ਤੁਸੀਂ ਸਾਧਨ ਤੁਸੀਂ ਸਾਧਨ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨਗੇ ਜਾਂ ਆਪਾਂ ਕੋਈ ਬੰਦਾ ਭੇਜ ਕੇ ਟਾਈਮ ਚੱਕ ਲਗੇ ਇਹਨਾਂ ਦਾ ਬਈ ਜਾਣ ਚੋਕੇ ਹੈ ਨਹੀਂ ਗੇ, ਪਰ ਹੁਣ ਜਾਵਾਂਗੇ। ਹਾਂ ਸਾਧਨ 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 ਤੁਸੀਂ ਮੈਨੂੰ ਦੱਸੋ, ਸਾਧਨਾਂ ਦੀ ਪ੍ਰੋਵਾਈਡ ਮੈਂ ਕਰਾ ਦਿੰਦਾ, ਕਿਉਂਕਿ ਮੈਂ ਤੁਹਾਨੂੰ ਮੇਰੀ ਗੱਲ ਹੋਈ ਸੀ ਪਾਲ ਨਾਲ, ਮੈਂ ਮੇਰਾ ਨਾਮ ਗੱਲ ਕੀਤੀ ਤਾਂ ਫਿਰ ਅਸੀਂ ਕਰ ਦਿੰਦੇ ਹਾਂਗੇ।
ਨਾ ਨਾ ਉਹ ਤਾਂ ਟਾਈਮ ਦੀ ਤਾਂ ਚੱਕਰ ਹੀ ਨਹੀਂ ਸੀ ਬਸ ਇਹੀ ਜਾ ਬਾਈ ਵੀ ਗੱਡੀ ਗੁੱਡੀ ਹੈ ਨਹੀਂ ਸੀ ਕੋਈ ਗੱਡੀ ਹੁਕਮ ਕਰੋ